ਮੁਕਦਮੇ ਬਾਰੇ ਜੋ ਜਾਣਕਾਰੀ ਵੀ ਸੀ ਪੂਰਾ ਮਾਮਲਾ। ਇਹ ਜੀ ਜੋਨੀ ਪੁੱਤਰ ਫੁੱਲੂ ਰਾਮ ਜਿਹੜਾ EWS ਕਲੋਨੀ ਦੇ ਕ੍ਰਿਮੀਨਲ ਬੰਦਾ ਹੈ, ਇਹਦੇ ਖਿਲਾਫ਼ ਪਹਿਲਾਂ ਹੀ ਥਾਣਾ ਡਿਵੀਜ਼ਨ ਨੰਬਰ 7 ਵਿੱਚ ਸ਼ਰਾਬ ਵੇਚਣ ਦੇ ਅਤੇ ਲੜਾਈ ਝਗੜੇ ਦੇ ਤਕਰੀਬਨ 28 ਮੁਕੱਦਮੇ ਦਰਜ ਹੈ, ਜਿਨ੍ਹਾਂ 'ਚੋਂ ਇੱਕ ਮੁਕੱਦਮੇ 'ਚ ਭਗੌੜਾ ਵੀ ਹੈ ਅਤੇ ਕਈ ਮੁਕੱਦਮਿਆਂ 'ਚ ਇਹਦੀ ਜਿਹੜੀ ਹਜੇ ਅਰੈਸਟ ਰਹਿੰਦੀ ਸੀ। ਇਹ ਕੱਲ੍ਹ ਸੀਕਰਟ ਇਨਫੋਰਮੇਸ਼ਨ ਮਿਲੀ ਸੀ, ਉਹਦੇ ਆਧਾਰ 'ਤੇ ਇਹਦੀ ਅਰੈਸਟ ਕੀਤੀ ਹੈ। ਅਰੈਸਟ ਕਰਨ ਤੋਂ ਬਾਅਦ ਇਹਦੇ ਕੋਲੋਂ 10 ਪੇਟੀਆਂ ਜਿਹੜੀਆਂ ਹੈ ਵਿਸਕੀ ਹੋਰ ਮਿਲੀ ਹੈ ਅਤੇ ਇੱਕ ਮੁਕੱਦਮੇ 'ਚ 7/14 'ਚ PO ਹੈ ਅਦਾਲਤ 'ਚੋਂ ਅਤੇ ਬਾਕੀ ਕੁਛ ਮੁਕੱਦਮੇ ਜਿਹੜੇ ਹੈਗੇ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ, ਜਿਨ੍ਹਾਂ 'ਚ ਇਹਦੀ ਅਰੈਸਟ ਪਾਣੀ ਹਲੇ ਪੈਂਡਿੰਗ ਹੈ, ਉਹਨਾਂ 'ਚ ਵੀ ਅਰੈਸਟ ਪਾਵਾਂਗੇ ਜੀ। ਬਾਕੀ ਇਹ ਤੋਂ ਹੋਰ ਵੀ ਕੋਸ਼ਿਸ਼ ਕਰਾਂਗੇ, ਸ਼ਾਇਦ ਹੋਰ ਵੀ ਕੋਈ ਰਿਕਵਰੀ ਹੋਈ।